ਕੀ ਕਹਿਣਾ ਤੁਹਾਡਾ ਜੀ? ਕਹਿਣਾ ਤਾਂ ਇਹ ਹੈ ਜਿਹੜਾ ਰੋਪੜ ਤੁਸੀਂ ਥਰਮਲ ਪਲਾਂਟ ਦੇ ਪਿੱਛੇ ਦੇਖ ਸਕਦੇ ਹੋ ਸੜਕ ਦਾ ਹਾਲ, ਇਹ ਰੋਪੜ ਥਰਮਲ ਪਲਾਂਟ ਦੀ ਮੈਨੇਜਮੈਂਟ ਵੱਲੋਂ ਜਿਹੜਾ ਸਵਾਹ ਚੱਕਣ ਦਾ ਟੈਂਡਰ 4 ਮਹੀਨੇ ਵਾਸਤੇ ਜਿਹੜੇ ਟਿੱਪਰ ਹੈ ਉਹ ਇੱਥੋਂ ਦੀ ਭਰੇ ਜਾ ਰਹੇ ਆ ਸਵਾਹ ਦੇ, ਅਤੇ ਉਸ ਟੈਂਡਰ ਦੇ ਵਿੱਚ RTI ਦੁਆਰਾ ਅਸੀਂ ਜਾਣਕਾਰੀ ਜਿਹੜੀ ਮੈਨੇਜਮੈਂਟ ਤੋਂ ਮੰਗੀ ਸੀਗੀ ਉਹਦੇ ਵਿੱਚ ਸਾਫ ਸਾਫ ਲਿਖਿਆ ਕਿ ਜਿਹੜੀ ਇਹ ਸੜਕ ਹੈ ਉਹ ਇਹ ਜਿਹੜੀ ਕੰਪਨੀ ਸਵਾਹ ਚੱਕਦੀ ਹੈ ਉਹ ਬਣਾ ਕੇ ਦਊਗੀ, ਪਰ ਉਹ ਕੰਪਨੀ ਦਾ ਟੈਂਡਰ ਵੀ ਖਤਮ ਹੋ ਚੁੱਕਿਆ। ਤੁਸੀਂ ਸੜਕ ਦੇ ਹਾਲਾਤ ਦੇਖ ਲਓ ਕਿਆ ਹੈ, ਅਤੇ ਇਸ ਸੜਕ 'ਤੇ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਪ੍ਰਸ਼ਾਸਨ ਅਤੇ ਮੈਨੇਜਮੈਂਟ ਹੈ ਜਿਹੜੇ ਉਹ ਕੁੰਭਕਰਨ ਨੀਂਦ ਸੁੱਤੇ ਵੀ, ਉਹਨਾਂ ਨੂੰ ਕੋਈ ਨਹੀਂ ਪਤਾ ਵੀ ਸੜਕ ਦੇ ਹਾਲਾਤ ਕਿਆ ਹੈ। ਉਸ ਐਗਰੀਮੈਂਟ ਦੇ ਵਿੱਚ ਕਾਫੀ ਟਰਮ ਐਂਡ ਕੰਡੀਸ਼ਨ ਸੀਗੀਆਂ ਵੀ ਗੱਡੀ ਧੋ ਕੇ ਨਿਕਲਣੀ ਚਾਹੀਦੀ ਹੈ, ਓਵਰਲੋਡ ਨਹੀਂ ਹੋਣੀ ਚਾਹੀਦੀ, ਓਵਰਹਾਈਟ ਨਹੀਂ ਹੋਣੀ ਚਾਹੀਦੀ, ਉਹ ਸਾਰੀਆਂ ਚੀਜ਼ਾਂ ਤਾਂ ਚਲੋ ਉਹਨਾਂ 4 ਮਹੀਨੇ ਛਿੱਕੇ ਟਾਂਕੇ ਰੱਖੀਆਂ, ਉਹ 'ਤੇ ਕੋਈ ਇਹਨਾਂ ਨੇ ਕਾਰਵਾਈ ਨਹੀਂ ਕਰੀ। ਸਭ ਤੋਂ ਬੜੀ ਗੱਲ ਹੈ ਕਿ ਇਹ ਜਿਹੜੀ ਸੜਕ 'ਤੇ ਇੱਕ ਪੁਲਿਸ ਚੌਂਕੀ ਵੀ ਹੈ, ਪੁਲਿਸ ਚੌਂਕੀ ਦੇ ਮੋਹਰੇ ਤੋਂ ਇਹ ਗੱਡੀਆਂ ਲੰਘਦੀਆਂ, ਅਤੇ ਪੁਲਿਸ ਵੀ ਜਿਹੜੀ ਹੈ ਉਹ ਸੁੱਤੀ ਪਈ ਹੈ, ਕਿਸੇ ਨੂੰ ਕੋਈ ਮਤਲਬ ਨਹੀਂ। ਇੱਥੋਂ ਤੁਸੀਂ ਦੇਖ ਸਕਦੇ ਹੋ ਸਾਡਾ ਜਿਹੜਾ ਪੰਜਾਬ ਉਹ ਚੱਲ ਕਿਸ ਤਰ੍ਹਾਂ ਰਿਹਾ। ਇੱਕ ਪਾਸੇ ਮੁੱਖ ਮੰਤਰੀ ਇਮਾਨਦਾਰੀ ਦੇ ਦਾਅਵੇ ਕਰਦਾ ਹੈ, ਇੱਕ ਪਾਸੇ ਸਾਰਾ ਪ੍ਰਸ਼ਾਸਨ ਮਿਲ ਕੇ ਇੱਦਾਂ ਦੇ ਜਿਹੜੇ ਕੰਮ ਹੁੰਦੇ ਆ ਪ੍ਰਸ਼ਾਸਨ ਨੂੰ ਨਹੀਂ ਪਤਾ ਲੱਗਦਾ, ਨਾ ਪੋਲਿਊਸ਼ਨ ਬੋਰਡ ਨੂੰ ਪਤਾ ਲੱਗਦਾ ਵੀ ਇੱਥੇ ਹਾਲਾਤ ਲੋਕਾਂ ਦੇ ਕੀ ਬਣੇ ਹੋਏ ਆ। ਆ ਦੇਖ ਸਕਦੇ ਲਿਖਿਆ ਗਿਆ ਕਿ ਜਿਹੜੀ ਇਹ ਸੜਕ ਹੈ ਉਹ ਕੰਪਨੀ ਨੇ ਬਣਾ ਕੇ ਦੇਣੀ ਹੈ, ਪ੍ਰਸ਼ਾਸਨ ਵੱਲੋਂ ਮੈਨੇਜਮੈਂਟ ਵੱਲੋਂ ਕੋਈ ਨਹੀਂ ਹੈ। ਕੱਲ੍ਹ DC ਮੈਡਮ ਨੂੰ ਮੰਗ ਪੱਤਰ ਦਿੱਤਾ, ਉਹਨਾਂ ਨੇ ਪੜ੍ਹਿਆ ਵੀ ਨਹੀਂ ਹੈ, ਸਿੱਧੇ ਹੀ ਕਹਿੰਦੇ ਅਸੀਂ ਬਣਾ ਕੇ ਦੇਣੀ ਹੈ। ਕਮ ਸੇ ਕਮ ਪੜ੍ਹੋ ਤਾਂ ਸਹੀ ਉਹਦੀ ਟਰਮ ਐਂਡ ਕੰਡੀਸ਼ਨ, ਕਿ ਵੀ ਇਹ ਕੰਪਨੀ ਨੇ ਬਣਾ ਕੇ ਦੇਣੀ ਹੈ, ਪੈਸਾ ਕੰਪਨੀ ਕਮਾ ਗਈ, ਅਤੇ ਜਿਹੜੀ ਸੜਕ ਹੈ ਫਿਰ ਇਹਦਾ ਮਤਲਬ ਹੁਣ ਮੈਨੇਜਮੈਂਟ ਬਣਾ ਕੇ ਦਊਗੀ ਜਾਂ ਸਰਕਾਰ ਬਣਾ ਕੇ ਦੇਊ, ਉੱਧਰੋਂ ਦੀ ਫਿਰ ਸਾਡਾ ਪੈਸਾ ਸਾਡੇ ਖਜ਼ਾਨੇ ਦੇਊਗਾ। ਮਤਲਬ ਕਿ ਜਿਹੜੀਆਂ ਕੰਪਨੀਆਂ ਇਹਨਾਂ ਨੇ ਪੈਸੇ ਕਮਾਉਣ ਵਾਸਤੇ ਰੱਖੀਆਂ, ਜੇ ਰੂਲ ਆਫ ਰੈਗੂਲੇਸ਼ਨ ਇਹ ਲਿਖਦੇ ਆ ਉਹ ਸਿਰਫ ਇੱਕ ਖਾਨਾ ਪੂਰਤੀ ਹੈ, ਖਾਨਾ ਪੂਰਤੀ ਹੈ। BBMBA ਕੋਲ ਵੀ ਆਪਾਂ ਮੰਗ ਪੱਤਰ ਤਾਂ ਪੋਲਿਊਸ਼ਨ ਬੋਰਡ ਨੂੰ ਵੀ ਦਿੱਤਾ ਹੈ ਜਿਹੜੀ ਅਸੀਂ ਸ਼ਿਕਾਇਤ ਕੀਤੀ ਹੈ, ਪਰ ਉਹ ਸਾਰਿਆਂ ਦਾ ਜਿਹੜਾ ਗੋਲਮੋਲ ਜਿਹਾ ਜਵਾਬ ਹੈ। ਹੁਣ BBMBA ਨਾਲ ਗੱਲ ਕਰੀਏ, ਉਹ ਕਹਿੰਦੇ ਅਸੀਂ ਪੱਤਰ ਜਾਰੀ ਕਰਤਾ, ਮੈਂ ਚਿੱਠੀਆਂ ਕੱਢੀ ਜਾ ਰਹੇ ਆ, ਜਿਹੜੇ ਲੋਕ ਇਹ ਖੱਜਲ ਖੁਆਰ ਹੋ ਰਹੇ ਆ। ਜੇਕਰ ਇਹ ਜਿਹੜੀ ਸੜਕ ਜਲਦੀ ਜਲਦੀ ਨਾ ਬਣੀ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਂਝਾ ਮੰਚ ਯੂਨੀਅਨ ਵੱਲੋਂ ਪਿੰਡਾਂ ਦੇ ਲੋਕਲ ਲੋਕਾਂ ਨੂੰ ਇਕੱਠਾ ਕਰਕੇ ਆਪਾਂ ਜਿਹੜਾ ਧਰਨਾ ਲਗਾਵਾਂਗੇ, ਕਿਉਂਕਿ ਸ਼ਰੇਆਮ ਜਿਹੜੀ ਇਹ ਲੁੱਟ ਹੋ ਰਹੀ ਹੈ, 2 ਨੰਬਰ ਦਾ ਕੰਮ ਚੱਲ ਰਿਹਾ ਸ਼ਰੇਆਮ, ਕਿਉਂਕਿ ਜਦ ਤੁਸੀਂ ਐਗਰੀਮੈਂਟ ਕਰਿਆ ਤਾਂ ਕੰਪਨੀ ਕਿਉਂ ਨਹੀਂ ਇਹ ਸੜਕ ਕਿਉਂ ਨਹੀਂ ਬਣਾਈ ਹੁਣ ਤੱਕ? ਕਿਆ ਕਹਿੰਦਾ ਤੁਸੀਂ? ਅੱਜ ਖੜ੍ਹੇ ਹਾਂ ਆਪਾਂ ਥਰਮਲ ਪਲਾਂਟ ਦੇ ਗੇਟ ਦੇ ਮੂਹਰੇ, ਜੋ ਕਿ ਇੱਥੋਂ ਟਿੱਪਰਾਂ ਦੇ ਦਤਾਰ ਸ਼ਾਮ ਨੂੰ ਦੇਖੋ ਓਵਰਲੋਡ ਟਿੱਪਰ ਦਤਾਰਾਂ ਹਜ਼ਾਰਾਂ ਦੇ ਦਤਾਰ 'ਚ ਨਿਕਲਦੇ ਆ। ਇੱਥੇ ਦੀ ਮੈਨੇਜਮੈਂਟ, ਇੱਥੇ ਦਾ ਪ੍ਰਸ਼ਾਸਨ, ਇੱਥੇ ਜਿੰਨੇ ਅਧਿਕਾਰੀ ਸਭ ਸੁੱਤੇ ਪਏ ਆ। ਕੀ ਚੱਕਰ? ਇੱਕ ਤਾਂ ਆਪਾਂ SDM ਸਾਹਿਬ ਨੇ ਜਦੋਂ ਚਲਾਨ ਕੱਟਿਆ ਸੀ ਦੁਕਾਨ 'ਤੇ ਜਾ ਕੇ ਚਲਾਨ ਕੱਟਿਆ ਸੀ ਓਵਰਲੋਡ ਟਿੱਪਰ ਦਾ, ਅੱਜ ਇਹਨਾਂ ਨੂੰ ਇਹ ਟਿੱਪਰ ਨਹੀਂ ਦਿਖਦੇ ਵੀ ਸ਼ਾਮ ਦੇ ਵੇਲੇ ਦਤਾਰ ਦੇ ਵਿੱਚ ਨਿਕਲਦੇ ਆ। ਅਸੀਂ ਇਸ ਕਰਕੇ ਅੱਜ ਜੋ ਹਾਲਾਤ ਅਸੀਂ ਸੜਕ ਦੇ ਆਪਣਾ ਰੋਪੜ ਤੋਂ ਚੱਲਦੇ ਚੱਲਦੇ ਇੱਥੋਂ ਤੱਕ ਪਹੁੰਚੇ ਹਾਂ। ਜੋ ਦੇਖ ਲਓ ਆਹ ਮੇਨ ਰੋਡ ਆ, ਥਰਮਲ ਦਾ ਜੋ ਕਿ ਗੇਟ, ਇੱਥੋਂ ਆਉਣ ਵਾਲੀ ਦਿੱਕਤ ਹੋਈ ਵੀ ਇੱਥੇ ਡਿਊਟੀ ਵਾਲੇ ਮੁਲਾਜ਼ਮਾਂ ਨੂੰ, ਹਰੇਕ ਨੂੰ ਪਰੇਸ਼ਾਨੀ ਹੈ ਜੀ। ਇੱਥੇ ਦੇ ਅਫਸਰ ਸ਼ਾਹੀ ਕੋਈ ਨਹੀਂ ਬੋਲ ਰਿਹਾ ਜੀ।